ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਸਾਰਿਆਂ ਦਾ। ਅਤੇ ਅੱਜ ਮੈਂ ਸੋਚਿਆ ਸੀ ਤੁਹਾਨੂੰ ਛੋਟਾ ਜਿਹਾ ਇੱਕ ਕਲਿੱਪ ਪਾ ਕੇ ਨਿਊਜ਼ੀਲੈਂਡ ਦਾ ਘੈਂਟ ਔਸਮ ਵੈਦਰ ਦਿਖਾਉਂਦਾ, ਅਤੇ ਤੁਸੀਂ ਸਾਰੇ ਹੋਪ ਇੰਜੋਏ ਕਰੋਗੇ ਇਸ ਵੈਦਰ ਨੂੰ। ਅਤੇ ਮੈਂ ਮਾੜਾ ਜਿਹਾ ਕੈਮਰਾ ਘੁਮਾ ਕੇ ਤੁਹਾਨੂੰ ਦਿਖਾਉਂਦਾ, ਬਾਹਲੀ ਵੱਡੀ ਨਹੀਂ ਕਲਿੱਪ ਹੈਗੀ, ਛੋਟੀ ਜਿਹੀ ਕਲਿੱਪ। ਦੇਖੋ ਜੀ ਕਿੰਨਾ ਸੋਹਣਾ ਅੱਜ ਜਿਹੜਾ ਮੌਸਮ ਆ ਹੋਇਆ ਪਿਆ ਆ ਨਿਊਜ਼ੀਲੈਂਡ ਦੀ। ਸੋਹਣੀ ਸ਼ਾਮ ਬੱਦਲਾਂ ਦੇ ਨਾਲ, ਦੇਖੋ ਐਨ ਖੂਬ ਨਜ਼ਾਰਾ ਦੇਖਣ ਨੂੰ ਮਿਲ ਰਿਹਾ। ਜਿਹੜਾ ਨਿਊਜ਼ੀਲੈਂਡ ਦਾ ਵੈਦਰ ਆ, ਨੋਰਮਲੀ ਚੇਂਜ ਹੁੰਦਾ ਹੀ ਰਹਿੰਦਾ, ਦਿਨ ਦੇ ਵਿੱਚ 2-4 ਵਾਰ ਤਾਂ ਚੇਂਜ ਹੋ ਜਾਂਦਾ। ਕੋਈ ਦਿਨ ਹੋਊਗਾ ਜਿਸ ਦਿਨ ਬਹੁਤ ਵਧੀਆ ਧੁੱਪ ਲੱਗੀ ਹੋਊਗੀ, ਇਕੱਲੀ ਜੇ ਧੁੱਪਾ ਅਤੇ ਨਾਲ ਹਵਾ ਜ਼ਰੂਰ ਵਗੂਗੀ, ਅਤੇ ਜੇ ਬੱਦਲ ਆ ਨਾਲ ਥੋੜ੍ਹਾ ਬਹੁਤਾ ਮੀਂਹ ਤਾਂ ਜ਼ਰੂਰ ਪਊਗਾ। ਸੋ ਇਹ ਨਜ਼ਾਰਾ ਪੂਰਾ ਤੁਹਾਨੂੰ ਦਿਖਾਇਆ ਮੈਂ। ਦੇਖੋ ਜੀ ਕਿਆ ਖੂਬ ਨਜ਼ਾਰਾ ਹੈ, ਹੈ ਕਿ ਨਹੀਂ ਘੈਂਟ ਗੱਲਬਾਤ ਪੂਰੀ। ਅਤੇ ਦੋਸਤੋ ਇਹ ਆ ਨਿਊਜ਼ੀਲੈਂਡ, ਅਤੇ ਸੋਹਣਾ ਵੈਦਰ, ਸੋਹਣਾ ਦੇਸ਼, ਕੁਦਰਤ, ਅਤੇ ਤੁਸੀਂ ਦੇਖ ਰਹੇ ਹੋ ਇੱਕ ਕੁਦਰਤ ਦੇ ਵਿੱਚ ਇੱਕ ਹੋਰ ਕੁਦਰਤ। ਅਤੇ ਲਵ ਯੂ, ਵੀਡੀਓ ਪਸੰਦ ਆਈ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਨਾ, ਅਤੇ ਮੈਨੂੰ ਦੱਸਿਓ ਅੱਗੇ ਤੁਸੀਂ ਕੀ ਦੇਖਣਾ ਚਾਹੁੰਦੇ, ਆਪਾਂ ਉਸ ਚੀਜ਼ 'ਤੇ ਵੀਡੀਓ ਬਣਾਵਾਂਗੇ। ਅਤੇ ਕਮੈਂਟ ਜ਼ਰੂਰ ਕਰਿਓ, ਭਾਵੇਂ ਇੱਕ ਹੀ ਕਮੈਂਟ ਆਉਂਦਾ ਡਜ਼ਨਟ ਮੈਟਰ, ਚਾਹੇ ਕੋਈ ਇੱਕ ਬੰਦਾ ਵੀ ਦੇਖਦਾ ਉਹਨੂੰ ਵੀ ਲੱਭ ਜੂਗਾ, ਚਾਹੇ 50 ਬੰਦੇ ਦੇਖਦੇ ਉਹਨੂੰ ਵੀ ਲੱਭ ਜੂਗਾ, ਜਿੰਨੇ ਤੁਸੀਂ ਦੇਖੋਗੇ ਉਨੇ ਆਣਾ ਲੱਭ ਜੂਗਾ। ਅਤੇ ਧਿਆਨ ਰੱਖਿਓ ਆਪਣਾ ਸਾਰਿਆਂ ਨੇ, ਅਤੇ ਮੈਨੂੰ ਦੱਸਿਓ ਕਿਵੇਂ ਲੱਗੀ ਵੀਡੀਓ। ਅਤੇ ਦੇਖੋ ਹੈ ਨਹੀਂ ਐਂਡ ਚੀਜ਼ ਹੋਈ ਪਈ। ਲਵ ਯੂ ਸਾਰਿਆਂ ਨੂੰ, ਅਤੇ ਸਨੈਪਚੈਟ 'ਤੇ ਜ਼ਰੂਰ ਫੋਲੋ ਕਰਿਓ, ਅਤੇ ਲਵ ਯੂ।